ਸਕਦੇ, ਪਰ ਇੱਦਾਂ ਕੋਈ ਰੱਖਣਾ ਨਹੀਂ ਚਾਹੁੰਦਾ। ਪਰ ਫਿਰ ਵੀ ਵੇਖ ਲਓ ਇੰਨੀ ਕਿਰਪਾ ਵਾ ਕਿ ਕਿਸੇ ਵੀ ਘਰ 'ਚ ਰਹਿ ਸਕਦੇ ਬਿਨਾਂ ਡਰ ਤੋਂ। ਅਸੀਂ ਕੱਲ ਦੇ 2 ਤਰੀਕ ਦੇ। ਹਾਂਜੀ, ਸਾਡੇ ਨਾਲ ਕਾਫੀ ਸੰਗਤ ਆਈ, ਕੁਝ ਅੱਗੇ ਕੁਝ ਪਿੱਛੇ ਆ। ਹਾਂਜੀ, ਤੁਸੀਂ ਬੱਚੇ ਤੇ ਲੈ ਕੇ? ਹਾਂਜੀ। ਕੀ ਲੱਗਦਾ ਇਸ ਪਿੰਡ ਦੀ ਆਂਦਰਨ ਪਿੰਡ ਦਾ ਵਿਵਹਾਰ? ਵਧੀਆ ਹੈ ਪਿੰਡ। ਹਾਂਜੀ, ਠੀਕ ਹੈ। ਇਦਾਂ ਹੋਣਾ ਬਾਬੇ ਨਾਨਕ ਦੀ ਕਿਰਪਾ ਜਿਹੜਾ ਸੀ। ਹਾਂਜੀ ਹਾਂਜੀ। ਰਸਤੇ 'ਚ ਕਿੱਦਾਂ ਦੇ ਫਿਰ ਅਰੇਂਜਮੈਂਟ ਕੀਤੇ ਗਏ ਬਾਬਾ ਜੀ ਦੀ ਸੰਗਤ ਵੱਲੋਂ? ਬਹੁਤ ਵਧੀਆ ਅਰੇਂਜਮੈਂਟ ਕੀਤੇ ਆ, ਖਾਣ ਪੀਣ ਦਾ ਰਹਿਣ ਸਾਰਾ ਕੁਝ ਵਧੀਆ, ਸਾਰੀਆਂ ਫੈਸਿਲਿਟੀਜ਼ ਆ। ਹਾਂਜੀ। ਸੋ ਕਿੱਥੋਂ ਚੱਲਦਾ ਸੰਗਤ, ਕਿੱਥੇ ਸਟੋਪਾ ਜਾਣਾ ਰਾਸ਼ਟ ਜਾ ਕੇ? ਖਡਿਆਲੇ ਤੋਂ ਤੁਰਦਾ ਸੰਗ ਸਾਡੀ ਜੀ। ਹਾਂਜੀ, ਖਡਿਆਲਾ ਸੈਣੀਆਂ ਤੋਂ ਲਾਸਟ ਤਲਾਸ਼ ਚੌਲਾ ਸਾਹਿਬ ਦਰਸ਼ਨ ਕਰਨ। ਹਾਂਜੀ ਬਾਬਾ ਨਾਲ। ਹਾਂਜੀ। ਸੋ ਕਿੱਦਾਂ ਦੇਖਦੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਕੁ ਖੁਸ਼ਹਾਲ? ਬਹੁਤ ਵਧੀਆ, ਮਜ਼ਾ ਆਉਂਦਾ ਜਾਣ ਦਾ। ਹਾਂਜੀ, ਬਾਕੀ ਆਪਣੀ ਸ਼ਰਧਾ ਹੋਣੀ ਚਾਹੀਦੀ ਜੀ। ਜਗਦੀਸ਼ ਕੌਰ। ਸੋ ਕਿੱਥੋਂ ਆਏ ਜੀ? ਟਾਂਡੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿੰਨੀਆਂ ਕਿ ਸੰਗਤਾਂ ਫਿਰ ਤੁਹਾਡੇ ਪਿੰਡੋਂ ਆਉਂਦੀਆਂ? ਸਾਡੇ ਪਿੰਡੋਂ ਬਹੁਤ ਸੰਗਤ ਆਉਂਦੀ ਆ, ਅਸੀਂ ਇੱਦਾਂ ਬਾਬੇ ਦੀ ਕਿਰਪਾ ਨਾਲ ਆਈਦਾ ਆ ਹਰ ਸਾਲ ਹੀ। ਉਹਨੇ 30 ਸਾਲ ਹੋ ਗਏ ਆਉਂਦਿਆਂ ਨੂੰ ਸਾਨੂੰ। ਅਸੀਂ ਅੱਜ ਬੱਚੇ ਲੈ ਕੇ ਆਏ ਹਾਂ ਆਪਣੇ, ਬਾਬਾ ਜੀ ਨੇ ਦਿੱਤੇ ਆ ਸੰਗਤ ਨਾਲ। ਬਹੁਤ ਨਜ਼ਾਰਾ, ਬੜਾ ਮਜ਼ਾ ਆਇਆ। ਬਾਬਾ ਜੀ ਲੈ ਜਾਂਦਾ ਆਪਣੀ ਸੰਗਤ ਨਾਲ, ਬਾਬਾ ਜੀ ਦੀ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ, ਬਾਬਾ ਜੀ ਨੇ ਲੈ ਜਾਣਾ ਸਾਨੂੰ। ਹਾਂਜੀ, ਆਹ ਦੇਖੋ ਸਾਡੀ ਸੰਗਤ ਬੱਚੇ। ਹਾਂਜੀ, ਦੋਤੀ ਦੋਤਾ ਆ, ਬਾਬਾ ਜੀ ਨੇ ਦਿੱਤੇ ਆ। ਸੋ ਬਾਬਾ ਨਾਨਕ ਦੀ ਬੜੀ ਕਿਰਪਾ। ਹਾਂਜੀ, ਬਹੁਤ ਕਿਰਪਾ ਬਾਬਾ ਜੀ ਨਾਨਕ। ਬਹੁਤ ਵਧੀਆ ਪਿੰਡ ਹੈ ਵੀ। ਹਾਂਜੀ, ਲੱਗਦਾ ਨਾ ਅਲੱਗ ਜਿਹਾ ਬਣਿਆ? ਹਾਂਜੀ, ਅਲੱਗ ਜਿਹਾ ਬਣਿਆ ਆ। ਦੇਖਣ ਨੂੰ ਵੀ ਸੋਹਣਾ ਲੱਗਦਾ ਆ ਪਿੰਡ, ਬੜਾ ਵਧੀਆ ਆ। ਪੈਂਦੀ ਕਿੱਥੋਂ ਆਏ ਜੀ? ਮੈਂ ਸ਼੍ਰੀ ਹਰਗੋਬਿੰਦਪੁਰ ਤੋਂ ਆਈ ਹਾਂ ਜੀ। ਹਰ ਸਾਲ ਆਉਂਦੇ ਹੋ? ਨਹੀਂ ਨਹੀਂ, ਮਤਲਬ ਵਿੱਚੋਂ ਵਿੱਚ ਕਈ ਸਾਲ ਛੁੱਟ ਗਿਆ, ਪਰ ਹੁਣ ਆਏ ਹਾਂ। ਕਿੰਨੀ ਕੁ ਕਿਰਪਾ ਫਿਰ? ਬਹੁਤ ਕਿਰਪਾ ਬਾਬਾ ਜੀ ਦੀ। ਸੋ ਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ, ਖਾਣ ਪੀਣ ਦਾ? ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ, ਸੇਵਾ ਬਹੁਤ ਕਰਦੇ ਆ। ਮਤਲਬ ਕਿ ਕਿਸੇ ਵੀ ਘਰ 'ਚ ਰਹਿ ਸਕਦੇ, ਪਰ ਇੱਦਾਂ ਕੋਈ ਰੱਖਣਾ ਨਹੀਂ ਚਾਹੁੰਦਾ। ਪਰ ਫਿਰ ਵੀ ਵੇਖ ਲਓ ਇੰਨੀ ਕਿਰਪਾ ਵਾ ਕਿ ਕਿਸੇ ਵੀ ਘਰ 'ਚ ਰਹਿ ਸਕਦੇ ਬਿਨਾਂ ਡਰ ਤੋਂ। ਸੋ ਤੁਸੀਂ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੰਗ ਦੇ ਮੇਲੇ ਸੰਗਤਾਂ ਪਹੁੰਚਦੀਆਂ ਨੇ? ਹਾਂਜੀ, ਯਾਦ ਨਾਲ ਉਹ ਤਾਂ ਕਿਰਪਾ ਹੈ ਜੀ ਬਾਬੇ ਜੀ ਦੀ ਕਿ ਸਾਰੇ ਜਾਂਦੇ ਆ ਪਾਉਂਦੇ ਆ। ਹਾਂਜੀ, ਕਿਰਪਾ ਨਹੀਂ ਆ। ਪਿੰਡ ਤਾਂ ਮੈਨੂੰ ਇੰਨਾ ਵਧੀਆ ਲੱਗਾ, ਮਤਲਬ ਕਿ ਮੈਂ ਜਦੋਂ ਘਰ ਨੂੰ ਵੀ ਜਾਂਦੀ ਹਾਂ, ਮੈਂ ਰੋਜ਼ ਕਹਿੰਦੀ ਹਾਂ ਮੰਮਾ ਯਾਰ ਉੱਥੇ ਨਾ ਇੱਕ ਪਿੰਡ ਆ, ਅਤੇ ਉੱਥੇ ਮਤਲਬ ਪਤਾ ਲੱਗਦਾ। ਕੋਈ ਨਹੀਂ ਚਾਹਵਾਂ ਕਿਉਂਕਿ ਅਸੀਂ ਸਮੈਲ ਦੇ ਵਿੱਚ ਬੈਠੀਏ, ਅਤੇ ਵੇਖ ਲਓ ਕਿਤੇ ਇੱਦਾਂ ਬਣਾਇਆ ਕਿ ਮਨ ਜਵਾ ਦਾ ਵੀ ਕਹਿੰਦਾ ਕਿ ਅਸੀਂ ਰੁਕੀਏ ਇੱਥੇ, ਬੈਠੀਏ ਅਤੇ ਮਤਲਬ ਗੱਲਾਂ ਬਾਤਾਂ ਕਰੀਏ, ਬਹੁਤ ਵਧੀਆ। ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਜੀ ਡਾਕਟਰ ਤਰਲੋਕ ਸਿੰਘ ਰੰਧਾਵਾ ਜੀ। ਸਰ, ਇੱਥੇ ਤੁਸੀਂ ਆਏ ਹੋ ਕਿਸ ਕਾਰਨ ਆਏ ਜੀ? ਮੈਂ ਇਹ ਹੈ ਜੀ, ਇੱਥੇ ਚੋਲਾ ਸਾਹਿਬ ਦੇ ਮੇਲੇ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਦੀ ਸੰਗਤ ਨਿਕਲਦੀ ਹੈ, ਅਤੇ ਅੱਜ ਤੋਂ ਤਕਰੀਬਨ ਕੋਈ 8-9 ਸਾਲ ਪਹਿਲਾਂ ਮੈਂ ਮਹਿਸੂਸ ਕੀਤਾ ਵੀ ਇਹ ਸੰਗਤ ਜਿਹੜੀ ਆ ਲੱਖਾਂ ਦੀ ਗਿਣਤੀ 'ਚ ਹੁੰਦੀ ਹੈ, ਅਤੇ ਬਹੁਤ ਲੋਕਾਂ ਨੂੰ ਫਸਟ ਏਡ ਦੀ ਲੋੜ ਹੁੰਦੀ ਆ। ਕਈਆਂ ਦਾ ਪੇਟ ਖਰਾਬ, ਕਈਆਂ ਦੇ ਪੈਰਾਂ 'ਚ ਛਾਲੇ ਪੈ ਗਏ, ਕਈਆਂ ਨੂੰ ਲੂਜ਼ ਮੋਸ਼ਨ ਲੱਗ ਗਏ, ਕਈਆਂ ਨੂੰ ਵੋਮਿਟਿੰਗ, ਕਈਆਂ ਨੂੰ ਬੁਖਾਰ। ਤਾਂ ਫਿਰ ਮਹਿਸੂਸ ਕੀਤਾ ਵੀ ਅਸੀਂ ਮੈਡੀਕਲ ਲਾਈਨ ਦੇ ਵਿੱਚ, ਤਾਂ ਕਿਉਂ ਨਾ ਅਸੀਂ ਜਿੰਨੀ ਕੁ ਇਹਨਾਂ ਦੀ ਹੈਲਪ ਕਰ ਸਕਦੇ ਹਾਂ
ਇਹਨਾਂ ਦੀ ਫਸਟ ਏਡ ਇਹਨਾਂ ਨੂੰ ਰੂਟੀਨ ਦੇ ਨਾਲ ਉਹ ਦਵਾਈ ਦਿੱਤੀ ਜਾਏ। ਅਤੇ ਇਸ ਦੇ ਨਾਲ ਨਾਲ ਕਿਉਂਕਿ ਮੈਂ ਇੱਕ ਆਈ ਸਪੈਸ਼ਲਿਸਟ ਸੀਗਾ, ਫਿਰ ਮੈਂ ਕੋਸ਼ਿਸ਼ ਕੀਤੀ ਵੀ ਪਿੰਡ ਤਾਂ ਮੈਂ ਜਾਣਾ ਕਿਉਂ ਨਾ, ਆਪਣੇ ਪਿੰਡ ਦੇ ਵਿੱਚ ਨਾਲ ਜਿੰਨੇ ਵੀ 5-10-20 ਪਿੰਡ ਹੈ ਉੱਥੇ ਲੋੜਵੰਦ ਲੋਕ ਜਿਹੜੇ ਹੈ ਅਤੇ ਉਹਨਾਂ ਨੂੰ ਅੱਖਾਂ ਦੇ ਟ੍ਰੀਟਮੈਂਟ ਦੇ ਸੰਬੰਧਿਤ ਜੋ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰ ਸਕਦੇ ਹਾਂ ਕੀਤੀ ਜਾਵੇ। ਸੋ ਬਹੁਤ ਲੰਬਾ ਚੌੜਾ ਤਾਂ ਨਹੀਂ, ਬਟ ਫਿਰ ਵੀ ਹਰ ਪੇਸ਼ੈਂਟ ਨੂੰ ਉਹਦੀਆਂ ਕੋਈ ਰੂਟੀਨ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਨਰਲ ਹੋਰ ਜਿਹੜੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਅਸੀਂ ਜੋ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ। ਔਰ ਕਿੰਨੀ ਦੇਰ ਤੋਂ ਲੱਗ ਰਿਹਾ ਕੰਮ? ਹਾਂ, ਇਹ ਮੇਰਾ ਅੱਜ ਦਾ ਜਿਹੜਾ ਇਹ 8ਵਾਂ ਕੈਂਪ ਹੈ ਜੀ। ਹਾਂ, ਹਰ ਮਹੀਨੇ ਤੋਂ ਲਗਾਉਂਦੇ ਤੁਸੀਂ? ਅਸੀਂ ਸਾਲ 'ਚ ਇੱਕ ਵਾਰ ਜਦੋਂ ਸੰਗਤ ਨਿਕਲਦੀ ਆ 3 ਮਾਰਚ ਹਰ ਸਾਲ। ਹਾਂਜੀ।